का ग्रुप है एंड आई डोंट फील डिसेबल्ड लोग डिसेबल्ड होते हैं, आई थिंक दे आर मोर केपेबल फॉर अ लॉट ऑफ फ्रेंड्स एंड इनकी टीम में ये लोग डांस करते हैं, देयर आर डांस ग्रुप एंड मोस्ट ऑफ द पीपल आर अबव द एज ग्रुप ऑफ 50. तो रिंदरपाल सिंह जी सर आप उन्हें बताइए हमारे दर्शकों को कैसा रहता है आपका और आपको लोग कैसे सराहते हैं. ਪਹਿਲਾਂ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਜੀ, ਤੁਸੀਂ ਮੇਰੇ ਨਾਲ ਗੱਲ ਕਰਨ ਦਾ ਸਾਨੂੰ ਮੌਕਾ ਦਿੱਤਾ. ਐਕਚੁਲੀ ਕੀ ਹੈ ਜੀ, ਸਮਾਜ ਦੇ ਵਿੱਚ ਡਿਸੇਬਲ ਲੋਕਾਂ ਨੂੰ ਬੜਾ ਡਿਨਾਈ ਕੀਤਾ ਜਾਂਦਾ. ਕੁਝ ਇਹੋ ਜਿਹੇ ਇਵੈਂਟ ਨੇ ਜਿੱਦਾਂ ਸਪੋਰਟਸ ਹੈ, ਕਲਚਰ ਹੈ ਜਾਂ ਖਾਸ ਕਰਕੇ ਡਾਂਸਿਸ ਦਾ ਫੀਲਡ ਹੈ, ਉੱਥੇ ਇਹ ਹੁੰਦਾ ਹੈ ਕਿ ਇਹ ਲੋਕ ਬਸ ਸਟੇਜ 'ਤੇ ਆ ਕੇ ਗੇੜਾ ਕੱਢ ਕੇ ਚੱਲ ਜਾਣ, ਸਾਡੇ ਲਈ ਇੰਨਾ ਹੀ ਬੜਾ. ਜਦੋਂ ਬਚਪਨ ਦੇ ਵਿੱਚ ਜਾਂ ਯੰਗ ਏਜ ਦੇ ਵਿੱਚ ਇਹ ਚੀਜ਼ਾਂ ਮੈਂ ਦੇਖੀਆਂ ਤਾਂ ਇਸ ਚੀਜ਼ ਤੋਂ ਮੈਨੂੰ ਥੋੜ੍ਹਾ ਜਿਹਾ ਅੰਦਰ ਮੇਰੇ ਇੱਕ ਘਿਰਨਾ ਪੈਦਾ ਹੋਈ ਕਿ ਕਿਉਂ ਨਾ ਅਸੀਂ ਜੋ ਲੋਕ ਨੋਰਮਲ ਕਰਦੇ ਉਹਨਾਂ ਦੇ ਬਰਾਬਰ ਸੀ ਕਿਉਂ ਨਹੀਂ ਕਰ ਸਕਦੇ. ਤਾਂ ਉਸ ਚੀਜ਼ ਨੂੰ ਦੇਖ ਕੇ ਕਈ ਵਾਰੀ ਡਾਂਸ ਕਰਨ ਦੀ ਕੋਸ਼ਿਸ਼ ਕੀਤੀ, ਲੋਕਾਂ ਨੇ ਉਸ ਚੀਜ਼ ਨੂੰ ਕ੍ਰਿਟੀਸਾਈਜ਼ ਕੀਤਾ, ਡਿਨਾਈ ਵੀ ਕੀਤਾ ਕਿ ਨਹੀਂ ਤੁਸੀਂ ਵਰਡ ਯੂਜ਼ ਕੀਤਾ ਕਿ ਤੁਸੀਂ ਵਿਰੁੱਧ ਲੰਘਣੇ ਹੋ, ਤੁਸੀਂ ਕੀ ਡਾਂਸ ਕਰ ਸਕਦੇ. ਪਰ ਉਸ ਚੀਜ਼ ਨੂੰ ਖਤਮ ਕਰਦੇ ਹੋਏ ਕੁਛ ਮੇਰੇ ਚਾਰ ਫਰੈਂਡ ਨੇ, ਰਮੇਸ਼ ਠਾਕੁਰ ਜੀ, ਕੁਸਾ ਪਿਆਰਾ ਸਿੰਘ ਰਾਹੀ, ਗੁਰਦੀਪ ਸਿੰਘ ਜੀ, ਅਸੀਂ ਹਿੰਮਤ ਕੀਤੀ. ਚਾਰ ਜਣਿਆਂ ਨੇ ਪਹਿਲਾਂ 90 ਦੇ ਵਿੱਚ ਗਰੁੱਪ ਸਟੈਬਲਿਸ਼ ਕੀਤਾ, ਕਰਦੇ ਕਰਦੇ ਉਸਦੇ ਵਿੱਚ 50 ਲੋਕ ਐਂਟਰ ਹੋਏ ਅਤੇ ਉਸ ਲਗਭਗ ਅਸੀਂ ਸਾਰੇ ਇੰਡੀਆ ਦੇ ਵਿੱਚ 350 ਦੇ ਕਰੀਬ ਅਤੇ ਵਿਦੇਸ਼ਾਂ ਦੇ ਵਿੱਚ 100 ਦੇ ਕਰੀਬ ਉਸ ਡਾਂਸ ਦੀ ਅਸੀਂ ਪਰਫਾਰਮੈਂਸ ਕਰ. ਮੋਰ ਦੈਨ 100 ਪਰਫਾਰਮੈਂਸਿਸ ਅਕਰੋਸ ਦ ਵਰਲਡ ਐਂਡ ਵੀ ਹੈਵ ਵਨ ਅਵਾਰਡਸ ਔਨ ਦੀ ਪ੍ਰੈਜ਼ੀਡੈਂਟ ਅਵਾਰਡ. ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਕਿਸੇ ਕੋਲ ਡਿਸੇਬਲ ਨਾ ਕਰੇ, ਚੈਲੇਂਜ ਨਾ ਲੈਂਦੇ ਉਸ ਬਾਤ ਕਰਕੇ. ਮੈਨੂੰ ਲੱਗਦਾ ਹਮਾਰੀ ਬੜ ਜਾਂਦੀ ਹੈ ਅਵੇਲੇਬਿਲਿਟੀ, ਅਗਰ ਹਮਾਰੀ ਹਮਾਰੀ ਕਿਸੀ ਏਕ ਸਟੇਟ ਮੇਂ ਅਵੇਲੇਬਿਲਿਟੀ ਕੋ ਕਮ ਕਰਦਾ ਹੈ ਤੋ ਦੂਸਰੀ ਅਵੇਲੇਬਿਲਿਟੀ ਕੋ ਬਹੁਤ ਬੜਾ ਹੈ. ਸਰ ਮੈਂ ਆਪਕੀ ਸਮਸਤੀ ਕੋ ਸਲਾਮ ਕਰਤਾ ਹੂੰ. ਸਰ ਨੇ ਮੁਝੇ ਕਹਾ ਥਾ ਕੋਈ ਬਾਤ ਕਰਦੇ ਕਿ ਸਰ ਆਪਨੇ ਕਭੀ ਡਿਸੇਬਿਲਿਟੀ ਡਿਸੇਬਲ ਲੋਕੋਂ ਕੇ ਜਿੰਨੇ ਨਹੀਂ ਹੈ, ਮੁਝੇ ਕੋਈ ਡਿਸੇਬਿਲਿਟੀ ਡਿਸੇਬਿਲਿਟੀ ਲੱਗਤੀ ਨਹੀਂ ਹੈ, ਲੇਕਿਨ ਹਾਂ ਇਹ ਹੁਨਰ ਹੈ, ਇਹ ਜਜ਼ਬਾ ਹੈ ਜਿਸਨੂੰ ਆਪ ਦੇ ਕੇ ਚਾਹਤੀ ਹੈ. ਔਰ ਇਸਸੇ ਔਰ ਕਿਤਨੇ ਲੋਕੋਂ ਕੋ ਹੌਸਲਾ ਮਿਲਤਾ ਹੈ ਇਸ ਪੇ ਮੈਂ ਜ਼ਰੂਰ ਨੰਬਰ ਆਉਣਾ ਚਾਹੂੰਗਾ. ਥੈਂਕ ਯੂ. ਇਸ ਮੈਂ ਤੁਹਾਡੀ ਗੱਲ ਦਾ ਇੱਕ ਛੋਟਾ ਜਿਹਾ ਮੈਂ ਜਵਾਬ ਦੇਣਾ ਚਾਹਾਂ ਜੀ. ਮੈਂ 10th ਵਿੱਚ ਪੜ੍ਹਦਾ ਸੀ ਤਾਂ ਕਿਸੇ ਨੇ ਸਟੇਜ ਦੇ ਉੱਤੇ ਸ਼ੇਅਰ ਬੋਲਿਆ ਸੀ, ਕਹਿੰਦਾ ਖੁਦੀ ਕੋ ਕਰ ਬੋਲਾ ਦਿਖਣਾ, ਖੁਦੀ ਕੋ ਬਰਨ ਕਰ ਬੋਲਾ ਦਿਖਣਾ, ਕਿ ਹਰ ਤਕਰੀਰ ਸੇ ਪਹਿਲੇ ਖੁਦ ਖੁਦਾ ਬੰਦੇ ਸੇ ਪੁੱਛੇ, ਇਹ ਬੰਦੇ ਤੇਰੀ ਰਜ਼ਾ ਕਿਆ ਹੈ, ਤੇਰੀ ਰਜ਼ਾ ਕਿਆ ਹੈ. ਥੈਂਕ ਯੂ ਸੋ ਮਚ. ਅੱਜ ਦੀ ਕਲਾਸ ਮੈਂ ਪ੍ਰੋਜੈਕਟਰ ਉਹ ਮੈਨੂੰ ਲੱਗਦਾ ਹੈ ਕਿ ਸ਼ਿਵਰਾਜ ਕੋ ਪਤਾ ਨਹੀਂ ਹਿਚਕੀ ਆ ਰਹੀ ਹੋਗੀ ਕਿ ਨਹੀਂ, ਸ਼ਿਵਰਾਜ ਕੋ ਮੇਰਾ ਬਗਲ ਹੁੰਦਾ ਥਾ, ਸਿਰਫ ਪ੍ਰੋਜੈਕਟਰ ਲੈ ਕੇ ਆਉਂਦੇ ਥੇ ਵਾਲਾ ਕਮਰਾ. ਜੇ ਸ਼ਿਵਰਾਜ ਕਾ ਇੱਕ ਕਮਰਾ ਹੁੰਦਾ ਥਾ ਜੋ ਪ੍ਰੋਜੈਕਟਰ ਦਿੱਤਾ ਥਾ ਕਿ ਭਈਆ ਆਪ ਲੋਕ ਕਲਾਸ ਰੂਮ ਮੈਂ ਪ੍ਰੋਜੈਕਟਰ ਚਲਾ ਲੋ ਜਾ ਕੇ, ਸੁਪਰ ਯਾਰ ਮਜ਼ਾ ਆ ਗਿਆ. ਸੁਸ਼ੀਲ ਕੁਮਾਰ ਸਰ, ਇਟਸ ਅ ਪਲੇਜਰ ਟੂ ਮੀਟ ਹਿਮ ਐਂਡ ਸਰ ਟੋਟ ਆਫ ਫਿਜ਼ਿਕਸ ਐਂਡ ਆਈ ਰਿਮੈਂਬਰ ਵਨ ਥਿੰਗ ਹੀ ਟੋਟ ਅਸ ਵੈਰੀ ਕਲੀਅਰਲੀ, ਜਿਸ ਕਿ ਮੈਂ ਪੜ੍ਹਾਉਣੇ ਆਇਆ ਹਾਂ, ਅਬ ਆਪਣੇ ਬੈਂਚ ਬੈਠ ਕੇ ਪੜ੍ਹਨਾ ਹੈ, ਚਾਹੇ ਆਪਣੇ ਨੀਚੇ ਬੈਠ ਕੇ ਪੜ੍ਹਨਾ ਹੈ, ਪੈਨ ਪੇ ਲਟਕ ਕੇ ਪੜ੍ਹਨਾ ਹੈ, ਆਪ ਜੈਸੇ ਪੜ੍ਹਨਾ ਚਾਹੇ ਪੜ੍ਹੇ, ਮੈਂ ਇੱਥੇ ਪੜ੍ਹਾਉਂਗਾ. ਔਰ ਮੈਂ ਬਹੁਤ ਖਰਾਬ ਸਟੂਡੈਂਟ ਥਾ ਫਿਜ਼ਿਕਸ ਮੈਂ, ਬਟ ਸਟਿਲ ਆਈ ਮੈਨੇਜਡ. ਆਈ ਰਿਮੈਂਬਰ ਸੁਸ਼ੀਲ ਸਰ ਨੇ ਫਸਟ ਟਾਈਮ ਜਬ ਸਭ ਕਾ ਇੰਟਰੋਡਕਸ਼ਨ ਲਿਆ ਥਾ, ਤੋ ਆਈ ਬਿਲੀਵ ਆਈ ਗੇਵ ਅ ਗੁੱਡ ਇੰਟਰੋਡਕਸ਼ਨ ਐਂਡ ਆਈ ਵਾਜ਼ ਇਨ ਟੱਚ ਵਿਦ ਹਿਮ, ਆਈ ਐਮ ਸਟਿਲ ਇਨ ਟੱਚ ਵਿਦ ਹਿਮ ਸਰ, ਸਟਿਲ ਆਈ ਸਟਿਲ ਰੀਡ ਵਾਟ ਸਰ ਰਾਈਟਸ ਔਨ ਲਿੰਕਡਇਨ, ਡਿਸਪਾਈਟ ਦ ਸ਼ੈਡਿਊਲ ਦੈਟ ਆਈ ਗੋ ਥਰੂ ਆਈ ਸਟਿਲ ਰੀਡ ਫਰੋਮ ਹਿਮ ਐਂਡ ਸਰ ਵੀ ਮੁਝੇ ਕੁਝ ਨਾ ਕਿਸੇ ਦਿਨ ਬਾਅਦ ਮੈਂ ਮੈਸੇਜ ਕਰ ਵੀ ਕੁਝ ਨਾ ਕੁਝ ਬਾਤ ਜ਼ਰੂਰ ਕਰਦੇ ਹੈ, ਬਟ ਆਈ ਬੀਨ ਇਨ ਵਿਦ ਹਿਮ ਕੋਂਸਟੈਂਟ ਟੱਚ ਈਵਨ ਵਾਈਲ ਹੀ ਵਾਜ਼ ਸਟਿਲ ਨੋਟ ਟੀਚਿੰਗ ਮੀ ਅ ਪਰਟੀਕੁਲਰ ਸਬਜੈਕਟ, ਆਈ ਵੁੱਡ ਸਟਿਲ ਮੀਟ ਹਿਮ ਐਂਡ ਸਟਿਲ ਗੈਟ ਟੂ ਨੋ ਸਟਿਲ ਆਸਕ ਹਿਮ ਅ ਲੋਟ ਆਫ ਥਿੰਗਸ. ਸਰ ਆਪ ਕੁਝ ਕਹਿਣਾ ਚਾਹ ਰਹਾ ਹੂੰ? ਲੇਕਿਨ ਜੋ ਵੀ ਓਜਸਵੀ ਕਾ ਵੀਡੀਓ ਜੋ ਵੀ ਰਿਲੀਜ਼ ਹੋਤੀ ਹੈ, ਜਬ ਵੀ ਹੋਤਾ ਹੈ ਤੋ ਮੈਂ ਇਸਕੇ ਵੀਡੀਓ ਐਡੀਟਿੰਗ ਜ਼ਰੂਰ ਦੇਖਤਾ ਹੂੰ, ਕਿ ਉਸਨੇ ਕਿਤਨਾ ਕਿਸ ਤਰੀਕੇ ਸੇ ਜੋ ਹੈ ਨਾ ਇੰਪਰੂਵਮੈਂਟ ਆ ਰਹਾ ਹੈ ਡੇ ਬਾਈ ਡੇ. ਔਰ ਓਜਸਵੀ ਕਾ ਯੇ ਜੋ ਟ੍ਰਾਂਸਫੋਰਮੇਸ਼ਨ ਹੁਆ ਹੈ ਫਰੋਮ ਇੰਜੀਨੀਅਰਿੰਗ ਐਜੂਕੇਸ਼ਨ ਟੂ ਦੀ ਜੋ ਫਿਲਮ ਇੰਡਸਟਰੀ ਹੈ, ਉਸਕੇ ਲੀਏ ਮਤਲਬ ਯੇ ਕਹੀਂ ਨਾ ਕਹੀਂ ਜੋ ਪੈਸ਼ਨ ਰਹਾ ਹੋਗਾ ਨਾ ਫਰੋਮ ਦਾ ਬਿਗਿਨਿੰਗ, ਵੋ ਚਾਹੇ ਆਪ ਸਟੇਜ ਪੇ ਆਏ ਹੈ ਚਾਹੇ ਜਿਸ ਤਰੀਕੇ ਸੇ ਵੀ ਆਏ, ਮੁਝਕੋ ਲਗਤਾ ਹੈ ਵੋ ਸੇਫ ਹੀ ਹੈ. अरे चंदन, ये कॉर्नर याद है तेरे को? ध्रुव जब खड़ा होता था यहाँ पे बुलाता था सबको, दीदी शेख, ये वो ऐतिहासिक जूस शॉप है और मैं तुझे एक बार मेन्यू दिखाऊंगा, उसके बाद वीडियो बंद करूंगा. ये देख आ रहा है, रुक जाऊंगा.
ये वही जूस शॉप है। हमारा स्टेक बनता है, वैसे हमने 4 साल बहुत पैसे खर्चे। वही तो शेक बन रहा है, अनाउंसमेंट हो गई है। नहीं मैम।